درود تاج پڑھو، میرے مصطفیٰ کریم علیہ السلام صبح قیامت تک بھی نہیں، قیامت والے دہاڑے واسطے بھی حضور رحمت بن کے چلو، اس واسطے ترجمہ کر رہے ہیں پاک رحمت لیکن میرے رب نے فرمایا اتنی اعلی موالا تعالی فرشتوں تسی نہیں جانتے جو میں جانتا، اللہ نے فرمایا جو میں جانتا تسی نہیں جانتے، رب نے ساڈے عملاں دی پردہ پوشی فرمائی، جواب بڑا لاجواب، اللہ فرمایا فرشتے چپ کر جا تہاڈا مشرا اپنے کول رکھو جو میں جاننا تسی نہیں جاندے، ایمان اللہ نے پردہ پوشی کیتی ہے، رب نے گویا فرمایا اسی فرشتے ہو تہاڈی نظر فسادیاں تے جاندی ہے میں خدا دی نظر ملادیاں تے جا رہا ہوں، سارے فساد کرن والے نہیں ہون گے، درود و سلام پڑھن والے ہون گے، سبحان، سارے اعتراض کرن والے نہیں ہون گے،
ਮਿਲਾਦ ਮਨਾਉਣ ਵਾਲੇ ਵੀ ਹੋਣਗੇ। ਤੁਸੀਂ ਵੇਖ ਰਹੇ ਹੋ ਜ਼ਾਨੀਆਂ ਸ਼ਰਾਬੀਆਂ ਤਬਾਹਕਾਰੀਆਂ ਕਰਨ ਵਾਲਿਆਂ ਵਾਲੇ, ਪਰ ਇਹਨਾਂ ਵਿੱਚ ਗੰਜੇ ਸ਼ਕਰ ਵੀ ਹੋਏਗਾ। ਉਹਦੇ ਨਾਲ ਜੀ ਸੰਤ ਤੁਹਾਡੇ ਮੇਰੇ ਬਾਪ ਆਦਮ ਅਲੈਹਿਸ ਸਲਾਮ ਦੀਆਂ ਨਜ਼ਰਾਂ ਉੱਠੀਆਂ, ਬਾਬਾ ਆਦਮ ਖੁਦ ਗਵਾਹੀ ਦਿੰਦੇ ਮੈਂ ਸਭ ਤੋਂ ਪਹਿਲੇ ਜ਼ਮੀਨ ਵੱਲ ਨਹੀਂ ਤੱਕਿਆ, ਫਰਮਾਇਆ ਤੇ ਸ਼ਮਸੋ ਕਮਰ ਬਰਗੋ ਸਮਰ ਹੁੰਜਾ ਚੜਕ ਕੁਝ ਨਹੀਂ ਵੇਖਿਆ, ਮੈਂ ਪਹਿਲੀ ਨਜ਼ਰ ਤੱਕਿਆ ਅੱਲਾ ਦੇ ਅਰਸ਼ ਸੁਭਾਨ ਅੱਲਾ, ਅੱਲਾ ਦੇ ਅਰਸ਼ ਤੇ ਫਰਮਾਉਂਦੇ ਨੇ ਨੂਰ ਤੇ ਅਰਫਾਂ ਨਾਲ ਇੱਕ ਸੋਹਣਾ ਜਿਹਾ ਕਲਮਾ ਲਿਖਿਆ ਹੋਇਆ ਸੀ ਸੁਭਾਨ ਅੱਲਾ। ਜੀ ਬੋਲੋ ਮੁਸਲਮਾਨੋ ਸੁਭਾਨ ਅੱਲਾ, ਸੁਭਾਨ ਅੱਲਾ, ਅੱਲਾ ਦਾ ਕਾਰਾ ਬੰਦਾ ਪੂਰੀ ਨਸਲ ਇਨਸਾਨੀ ਦੇ ਬਾਪ ਤੇ ਉਸਾਨੀਆਂ ਦੀ ਇਤਲਾਹ ਦੀ ਔਲਾਦ ਦੇ ਅੰਦਰ ਅੰਬੀਆ ਇਕਰਾਮ ਵੀ ਜਲਵਾਗਰ ਹੋਏ। ਆਦਮ ਅਲੈਹਿਸ ਸਲਾਮ ਫਰਮਾਉਂਦੇ ਨੇ ਮੈਂ ਸਭ ਤੋਂ ਪਹਿਲੇ ਜਦੋਂ ਤੱਕਿਆ ਨਜ਼ਰ ਹੋਈ ਨਾ ਕਵਾਰੇ ਮੇ ਅਰਸ਼ ਮੈਂ ਅੱਲਾ ਦੀ ਅਰਸ਼ ਦੀ ਪੇਸ਼ਾਨੀ ਨੂੰ ਤੱਕਿਆ ਹੈ, ਉਸ ਅਰਸ਼ ਦੇ ਥੱਲੇ ਬੜਾ ਸੋਹਣਾ ਸੂਰ ਦੇ ਅਰਫਾਂ ਨਾਲ ਲਿਖਿਆ ਸੀ ਲਾ ਇਲਾਹ ਇਲਲਾਹ ਮੁਹੰਮਦੁਰ ਰਸੂਲ। ਜਵਾਬ ਲਾ ਜਵਾਬ ਅੱਲਾ ਨੇ ਫਰਮਾਇਆ ਸਵਾਲ ਕੀਤੇ ਜਵਾਬ ਸੁਣ, ਪਹਿਲੀ ਨਜ਼ਰ ਸੀ ਆਦਮ ਅਲੈਹਿਸ ਸਲਾਮ ਦੀ ਇਨਸਾਨ ਦੀ ਅੱਲਾ ਦੇ ਰਸ਼ਤੇ ਉਹਨਾਂ ਪਾਏ ਪਰਸ਼ ਦੀ ਪਛਾਣੀ ਤੇ ਆਵਾਜ਼ ਆਈ ਆਦਮ ਅਲੈਹਿਸ ਸਲਾਮ ਲਾਹੁ ਲਮਾ ਖਲਕਤੁ ਲਾਹੁ ਲਮਾ ਖਲਕਤੁ। ਬਸ ਇਤਨਾ ਜਵਾਬ ਹੈ, ਅਗਰ ਇਸ ਨਾਮ ਵਾਲਾ ਪੈਦਾ ਨਾ ਨਾ ਕਰਦਾ ਕਦੀ ਤੈਨੂੰ ਵੀ ਨਾ ਬਣਦਾ, ਸੁਭਾਨ ਅੱਲਾਹ ਇਸ ਨਾਮ ਵਾਲਾ ਨਾ ਹੁੰਦਾ ਤੇ ਤੈਨੂੰ ਵੀ ਫਿਰ ਜਮੈ ਲਾਹੁ ਲਮਾ ਖਲਕਤੁ, ਅਗਰ ਇਸ ਨਾਮ ਵਾਲੇ ਨੇ ਨਾ ਹੁੰਦਾ ਹੁੰਦਾ ਮੈਂ ਤੈਨੂੰ ਵੀ ਪੈਦਾ ਨਾ ਕਰਦਾ, ਸੁਭਾਨ ਅੱਲਾਹ। ਆਦਮ ਅਲੈਹਿਸ ਸਲਾਮ ਹੈਰਾਨ ਨਹੀਂ ਹੋ ਗਏ, ਉਹ ਕਹਿੰਦੇ ਨੇ ਕਿ ਸਦਕੇ ਮੈਨੂੰ ਬਣਾਇਆ ਗਿਆ, ਤੇ ਹੁਣ ਕਲਮੇ ਦੀ ਤਰਤੀਬ ਵੇਖੋ ਲਾ ਇਲਾਹ ਇਲੱਲਾਹ ਮੁਹੰਮਦੁਰ ਰਸੂਲੁਲਲਾਹ, ਕਲਮੇ ਦੀ ਤਰਤੀਬ ਰੱਬ ਨੇ ਕਿੰਨੀ ਵਾਰ ਕਮਾਲ ਬਣਾਈ, ਇੱਥੇ ਵੀ ਅੱਲਾ ਦਾ ਨਾਮ, ਇੱਥੇ ਵੀ ਅੱਲਾ ਦਾ ਨਾਮ, ਵਿੱਚ ਮੇਰੇ ਮੁਸਤਫਾ ਦਾ ਨਾਮ, ਰੱਬ ਨੇ ਫਰਮਾਇਆ ਹੋਵੇਗਾ ਸੋਹਣਾ ਜੇ ਤੇਰਾ ਦੁਸ਼ਮਣ ਇੱਧਰੋਂ ਆਵੇਗਾ ਫਿਰ ਵੀ ਅੱਲਾ ਤੇਰੀ ਹਿਫਾਜ਼ਤ ਕਰੇਗਾ, ਇੱਧਰੋਂ ਆਵੇਗਾ ਫਿਰ ਵੀ ਅੱਲਾ ਤੇਰੀ ਹਿਫਾਜ਼ਤ ਕਰੇਗਾ। ਫਾਰੂਸ ਬਣ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ ਅਰੇ ਉਹ ਸ਼ਮਾ ਕੈਸੇ ਬੁਝੇ ਜਿਸ ਰੋਸ਼ਨ ਖੁਦਾ ਕਰੇ। ਆਦਮ ਅਲੈਹਿਸ ਸਲਾਮ ਨੂੰ ਅੱਲਾ ਖਾਲਕੇ ਕਾਇਨਾਤ ਦੇ ਜੰਨਤ ਦੇ ਅੰਦਰ ਠਹਿਰਾਇਆ, ਬਾਬੇ ਆਦਮ ਦੀ ਖੱਬੀ ਪਸਰੀ ਵਿੱਚੋਂ ਮਾਂ ਹੱਬਾ ਨੂੰ ਪੈਦਾ ਫਰਮਾਇਆ, ਮੇਰੀ ਮਾਂ ਹੱਬਾ ਨੂੰ ਅੱਲਾ ਨੇ ਬਾਬੇ ਆਦਮ ਦੀ ਖੱਬੀ ਪਸਰੀ ਫਰਮਾਇਆ, ਫਰਮਾਇਆ ਆਪਣੇ ਪਤਾ ਰੋਕੇ ਕੁਰਾਨ ਫਰਮਾਇਆ ਸ਼ੈਤਾਨ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਸੀ, ਅਸੀਂ ਸ਼ੈਤਾਨ ਦੇ ਪਿੱਛੇ ਲੱਗੇ, ਫਿਲਮਾਂ ਡਰਾਮੇ ਤਬਾਹਕਾਰੀਆਂ ਬਦਕਾਰੀਆਂ ਸਭ ਸ਼ੈਤਾਨ ਦੀ ਕਾਰਸਾਨੀਆਂ, ਅੱਲਾ ਸਾਨੂੰ ਮਹਿਫੂਜ਼ ਫਰਮਾਏ ਜੀ ਹੋ ਰਹੇ ਇਹਨੇ ਸਾਡੇ ਬਾਬੇ ਆਦਮ ਨੂੰ ਮਾਫ ਨਹੀਂ ਕੀਤਾ ਸਾਨੂੰ ਕਿਉਂ ਮਾਫ ਕਰੀ, ਕੁਰਾਨ ਫਰਮਾਇਆ ਮੇਰਾ ਆਕਾ ਫਰਮਾਇਆ ਸ਼ੈਤਾਨ ਅਜਰੀ ਬਜਰੀ ਦਮ, ਸ਼ੈਤਾਨ ਤੁਹਾਡੇ ਜਿਸਮ ਵਿੱਚ ਕਿਵੇਂ ਚੱਲਦਾ ਮੈਂ ਖੂਨ ਹਰ ਵੇਲੇ ਗਰਦਿਸ਼ ਕਰਦਾ, ਸ਼ੈਤਾਨ ਦਾ ਅਮਲ ਹੈ ਤਾਕਤ ਦੇਖੀ
تو شیطان نے پسلایا بہلایا کہ بابے آدم نے گندم دانا کھایا بابے آدم حفاظت کا شیطان بابا آدم گندم دانا کھا بیٹھے میں بھی روک دیا نا بھی ہے دیوار دے اوٹے سے کوئی نہیں ویکھنا ہر بندے دے نے جو سکھ مسئلہ ضرور ہے اکڑ اکڑ دے ویکھنے کیونکہ انسانی نیچر کی تو روکا جاتے ضرور جاتے ہیں اللہ خالق کائنات نے دو آدم علیہ السلام نے گندم دانا کھایا دوستاں نے جی اللہ نے فرمایا اے بیٹے اے آدم علیہ السلام جنت دی لباس اتر گیا بابا آدم 300 سال روئے کتنے سو سال اچھی بولو نظر آدم علیہ السلام 300 سال روندے رہے نڑے اللہ کی بارگاہ کے اندر عرض کرتے رہے ربنا جبرائیل علیہ السلام
پانی دا بھرا ایک مٹی دا پیالہ پیش کرے لو سوڑا ہے چھڑکو حضور جو ہی چھٹا مارن گے جہنم دی پیچھے لستی جائے گی ڈرتی جائے گی بجھتی جائے گی ٹھنڈی ہونی جائے گی حضور فرمان گے ابراہیم نے کیڑے سمندر دا پانی لے کے ایڈی تسی کہ جہنم دی اگ جو اللہ نے 3000 سال تہکایا بھڑکایا جلایا تے اے ٹھنڈی ہو رہی ہے اس پانی دی تسی نا جبرائیل عرض کرن گے سونیا نہ کسی سمندر دا پانی ہے نہ دریا دا پانی ہے نہ نہر دا پانی ہے نہ چشمے دا پانی ہے نہ کسی پہاڑ تو اترا پانی ہے نہ بارش دا پانی ہے آدم علیہ السلام 300 سال والے رہے دن وی رونا رات وی رونا کدی سجدے دے اندر سر جھکا کے رویا بابا آدم کدی اتا یاد بیٹھے رویا کدی قیام دی حالت رکوع دے اندر رویا دو سال دی بابا آدم رو رو کے اللہ نو مناندا ریا عرض کردا ریا رب انا ظلم لا انفسنا ویم تغفر لنا وترحمنا لنکونن من الخاسرین بابا آدم رو دا ریا رب راضی نہیں ہویا ڈائریکٹ منگدے نے مولا راضی ہو جا مولا راضی ہو جا دماغ خیال آیا میں 300 سال بن گیا ہے پر اللہ راضی نہیں ہویا اج عرض کر دے نے بے نیاز والا اج تیری بارگاہ دے اندر اس ذات واسطہ پیش کرنا اور اج تو میں سر اٹھ اٹھایا سی جدوں تو میرے ڈانچے دے اندر روح نو کھوکیا تے میں اکھاں کھولیاں جڑا نام عرش دے پاویا تے تیرے نام دے نال لکھیا سی جمالات دروازے بھی کھول تو ہی میرے کریم نبی دا نام نامی حضور دا واسطہ پیش کیتا تواڈے میرے باپ آدم علیہ السلام نے اوہی رحمتاں اوہی برکتاں اوہی کرم نوازیاں اوہی بخششاں قیامت والے دہاڑے باپ آدم کلا جنت وچ نہیں جائے گا ساڈے رنگے کروڑاں نکمیاں نوں وی نال لے کے جائے گا اس واسطے میں دا رہنا دوستاں عزیز اے تے میرے کریم نبی دا نام صرف آپ نے اقرار کیتا مولا بنایا اس واسطے نام کوئی کام بگڑنے نہیں دیتا بس بگڑے بھی بنا دیتا ہے نام محمد پنجابی کر دینی سبحان اللہ
پچھلی گل سمجھ نہیں آئی یادو پڑھیے رحمتوں کے تاج والے پڑھ پڑھ رحمتوں کے
ਮੁਸਤਫਾ ਉਠਾ ਲੈਣਾ ਵਾ ਇਹਨਾਂ ਦੇ ਦਰਦ ਵਡਾਉਣ ਵਾਲਾ ਕੋਈ ਨਹੀਂ ਉਹਨਾਂ ਨੂੰ ਮੈਂ ਸੀਨੇ ਨਾਲ ਲਗਾ ਲੈਣਾ ਵਾ ਜੀ ਅੱਲਾ ਪਰੇਸ਼ਾਨ ਨਾ ਹੋ ਤੇ ਸਹੀ ਇਹਨੀ ਪਿਆਰੀ ਕੌਣ ਹੈ ਤੇਰੇ ਅੱਸੂਆਂ ਦੀ ਬਰਸਾਤ ਅੱਖੀਆਂ ਵਿੱਚ ਚੱਲਣ ਦੀ ਕਿਉਂ ਹੈ ਇਹਦੀ ਵਜ੍ਹਾ ਕੀ ਅੰਮਾ ਕਹਿਣ ਲੱਗੀ ਵੇ ਪੁੱਤਰਾ ਪੁੱਤਰ ਵੀ ਕੋਈ ਨਹੀਂ ਧੀ ਵੀ ਕੋਈ ਨਹੀਂ ਰਿਸ਼ਤੇਦਾਰ ਵੀ ਕੋਈ ਨਹੀਂ ਮੱਕੇ ਦੀ ਸਰਜ਼ਮੀਨ ਤੇ ਰਹਿਣ ਵਾਲੀ ਆ ਅਬੂ ਜਾਲ ਤੇ ਅਬੂ ਲਹਬ ਹੈ ਬੜੇ ਬੜੇ ਤਕੜੇ ਕਾਫਰ ਫਿਰਵਾਨ ਨੇ ਆ ਕੇ ਸਮਝਾ ਦੇਣੀ ਅੰਮਾ ਮੱਕੇ ਸ਼ਹਿਰ ਦੇ ਅੰਦਰ ਇੱਕ ਐਸਾ ਨਬੀ ਆਇਆ ਜਿਹਦੀਆਂ ਨਜ਼ਰਾਂ ਦੇ ਅੰਦਰ ਏਡਾ ਕਮਾਲ ਹੈ ਜਿਹਦੇ ਵੱਲ ਪਿਆਰ ਨਾਲ ਤੱਕ ਲੈਂਦੇ ਉਹ ਆਪਣਾ ਗੁਨਾਹ ਬਣਾ ਲੈਂਦਾ ਹੈ ਬੋਲੋ ਸੁਭਾਨ ਅੱਲਾਹ ਸਾਡੀ ਖਾਤਰ ਸਰਕਾਰ ਨੇ ਮਿੱਠੀਆਂ ਗੱਲਾਂ ਪਿਆ ਕਰੇ ਕਿ ਦਰਸ਼ ਹੈ ਬੋਲੋ ਸੁਭਾਨ ਅੱਲਾਹ ਸੁਭਾਨ ਅੱਲਾਹ ਸਮੁੰਦਰ ਦੇ ਪਿਛਲੇ ਬੰਦੇ ਹੌਲੀ ਹੌਲੀ ਮੇਰੀ ਨਜ਼ਰ ਕਿਸ ਤੱਕ ਜਾਏ ਨਾ ਜਾਏ ਹਜ਼ੂਰ ਦੀਆਂ ਨਜ਼ਰਾਂ ਸਾਰੀ ਜਾਏ ਕਾਇਨਾਤ ਦਾ ਸੁਭਾਨ ਅੱਲਾਹ ਜਿੱਦ ਨਜ਼ਰ ਚ ਬੈਠੇ ਤੁਸੀਂ ਬੋਲੋ ਸੁਭਾਨ ਅੱਲਾਹ ਸੁਭਾਨ ਅੱਲਾਹ ਆਓ ਮੇਰੇ ਕਰੀਮ ਨਬੀ ਅਰੇ ਸਲਾਮ ਨੇ ਫਰਮਾਇਆ ਅੰਮਾ ਰੋਂਦੀ ਕਿਉਂ ਹੈ ਪਰੇਸ਼ਾਨ ਕਿਉਂ ਅੰਮਾ ਕਹਿਣ ਲੱਗੀ ਅਬੂ ਜਾਲ ਅਬੂ ਲਾਬ ਰਤਬਾ ਸ਼ੈਬਾ ਤਕੜੇ ਫੀਲ ਤੇ ਵੱਡੇ ਕਾਫਰ ਮੈਨੂੰ ਰੋਜ਼ਾਨਾ ਆਣ ਕੇ ਸਮਝਾ ਦੇਣੇ ਅੰਮਾ ਇਸ ਮੱਕੇ ਸ਼ਹਿਰ ਦੇ ਅੰਦਰ ਇੱਕ ਐਸਾ ਸਰਦਾ ਵੀ ਹੋਵੇ ਗੁਰੂ ਘੰਟਾਲ ਜੀ ਤੁਸੀਂ 1,26,000 ਨਬੀ ਆਏ ਏਡਾ ਨਹੀਂ ਰੋਂਦੇ 1,26,000 ਨਬੀਆਂ ਦਾ ਡਟ ਕੇ ਮੁਕਾਬਲਾ ਕਰਨ ਵਾਲਿਆ ਅੱਜ ਏਡਾ ਰੋਈ ਜਾ ਰਹੀ ਤੇ ਨਬੀ ਆਖਰੀ ਇਸ ਤੋਂ ਬਾਅਦ ਨਬੂਤ ਦਾ ਦਰਵਾਜ਼ਾ ਹੀ ਬੰਦ ਹੋ ਜਾਣਾ ਇਸ ਤੋਂ ਬਾਅਦ ਤੇ ਕੰਮ ਹੀ ਖਤਮ ਹੈ ਮੁਕਾਬਲੇ ਮੁੱਕ ਜਾਣਗੇ ਏਡਾ ਕਿਉਂ ਰੋਈਏ ਕਹਿਣ ਲੱਗਾ ਤੁਸੀਂ ਨਹੀਂ ਜਾਣਦੇ ਉਹ ਔਰ ਥੇ ਹੀ ਔਰ ਸੁਭਾਨ ਅੱਲਾਹ ਉਹਨਾਂ ਕਹੇ ਹਮ ਦੀ ਸਾਰੀ ਜ਼ੁਰੀਅਤ ਉਹਦੀ ਸਾਰੀ ਔਲਾਦ ਕਹਿਣ ਲੱਗੀ ਇਹ ਫਰਕ ਕੀ ਹੈ ਉਹ ਔਰ ਥੇ ਹੀ ਤੇ ਨਬੀ ਸਾਹਿਬ ਇਹ ਵੀ ਨਬੀ ਹੈ ਫਰਕ ਕੀ ਹੈ ਕਹਿਣ ਲੱਗਾ ਉਹਨਾਂ ਹਜ਼ਾਰਾਂ ਸਾਲ ਬਾਅਦ ਕਿਤੇ ਬੰਦੇ ਭਾਈ ਸਾਹਿਬ ਮੁਸਲਮਾਨ ਹੋਏ ਉਹ ਨੇ ਜਿਹੜਾ ਇਸ਼ਾਰਾ ਕਰੇਗਾ ਬੋਲੇਗਾ ਨਹੀਂ ਬੋਲੇਗਾ ਨਹੀਂ ਇਸ਼ਾਰਾ ਕਰੇਗਾ ਇੱਧਰ ਇਸ਼ਾਰਾ ਕਰੇਗਾ ਪੱਥਰ ਕਲਮਾ ਪੜਦੇ ਜਾਣਗੇ ਇੱਧਰ ਇਸ਼ਾਰਾ ਕਰੇਗਾ ਦਰਖਤ ਕਲਮਾ ਸੁਣਾ ਦੇ ਜਾਣਗੇ ਬੋਲੋ ਸੁਭਾਨ ਕੋਈ ਨੀ ਪੜਨਾ ਫਰਮਾਇਆ ਫਿਰ ਆਪਣਾ
سامان اٹھو میرے ساتھ رکھ میں تن منزل تک لے کے چلنا وا تو ساری دی میرے کریم نبی علیہ السلام نے سامان اٹھایا نبوت دے گورے گورے کھڈیاں دے رکھیا اما لاٹھی ٹیکی ٹیکی اگے چلئیے ہن منظر اج دا بنے اگے اگے کافر پائی چلئیے پیچھے پیچھے رب دا پائی چلائے بڑی
کچھ دیر کر بیٹھا ہمارے الہی کو پورا کر اللہ ناراض ہو گیا پر جل گئے پر کٹ گئے اور بسمت پیے میرے مصطفیٰ کریم علیہ السلام عرض کی تھی بے نیاز مولا میں بھی رحمت کا تاج پہن کے آواں تے محروم رہ جائے محروم رہ جائے مولا کریم اس نے کرم فرما دیا اللہ خالق کائنات نے فرمایا سونیا زیادہ ان کو اسی کم نہیں لے دے عمل کوئی نہیں کروا دے تیری ذات تے پانچ بار درود پڑھے کرم نوازی ہو جائے بس پانچ بار حضور حضور پڑھے او کرم نوازی او فرشتہ کی سرداری باقی جن کے ماتے اسی طرح پر آ کے سارا سسٹم باقی رحمت نواز رہے ہیں اس سے جملے کے ختم کرتا ہوں نبی رحمت اللہ علیہ وسلم یا میں ابھی یا
ਮਿਲਾਦ ਲੱਗ ਜਾਏ ਸਾਰੇ ਜਹਾਂ ਮੇਂ ਮਿਲਾਦ ਦੀ ਮਹਫਿਲ ਐ ਸਰਕਾਰ ਦੇ ਗੁਲਾਮਾਂ ਦਾ ਜਿਸ ਮਨਾਣਾ ਤੇ ਮੇਰੇ ਆਕਾ ਅਲੈਹਿਸ ਸਲਾਮ ਦੀ ਆਮਦ ਤੇ ਖੁਸ਼ੀਆਂ ਕਰਨੀਆਂ ਸੇ ਅੱਲਾਹ ਨੇ ਗਰੀਬ ਸੁਨੀਆਂ ਨੂੰ ਅਤਾ ਫਰਮਾਇਆ ਆਪਣੇ ਮੁਕੱਦਰ ਤੇ ਨਾਜ਼ ਕਰਿਆ ਕਰੋ ਅੱਲਾਹ ਖਾਲਕ ਦੀ ਕਾਇਨਾਤ ਨੇ ਸਾਜ਼ੀ ਮੱਕੀ ਦਾ ਅਕਸਰ ਫਰਮਾਇਆ ਦੁਆ ਕਰਨਾ ਅੱਲਾਹ ਸਭ ਦੀ ਹਾਜ਼ਰੀ ਨੂੰ ਫਰਮਾਏ ਅੱਲਾਹ ਇਸ ਵੇਲੇ ਨੂੰ ਸਭੇ ਕਾਮਤ ਦਾ ਹਜ਼ੂਰ ਦੇ ਜ਼ਿਕਰ ਦੀ ਬਰਕਤ ਨਾਲ ਸ਼ਾਦ ਹੋਵਾਦ ਫਰਮਾਏ ਅੱਲਾਹ ਕਮਾਲ ਦੀ ਯਾਰ ਵਾਲੇ ਨਸਲ ਨਬੀ ਸ਼ੀ ਮੁਸਤਫਾ ਦਾ ਜਾਮ ਨਸੀਬ ਫਰਮਾਏ ਅੱਲਾਹ ਆਪ ਸਭ ਦੀ ਦੀਵਾਨੀ ਦੀ ਖੈਰ ਫਰਮਾਏ ਘਰਬਾਰ ਦੀ ਖੈਰ ਫਰਮਾਏ ਅੱਲਾਹ ਸਾਨੂੰ ਨਮਾਜ਼ੀ ਬਣਾਏ ਸੁਨਨਤ ਮੁਸਤਫਾ ਦਾ ਪਾਬੰਦ ਬਣਾਏ ਅੱਲਾਹ ਕਰੀਮ ਸਾਨੂੰ ਅੱਛੇ ਅਖਲਾਕ ਦਾ ਮਾਲਕ ਬਣਾਏ ਔਰ ਹਕੂਕ ਦਾ ਹਕੂਕ ਉਲ ਇਬਾਦ ਤੇ ਕਮਾ ਹਕੂਕ ਅਮਲ ਪੈਰਾਉਣ ਦੀ ਤੌਫੀਕ ਹਿੰਮਤ ਨਸੀਬ ਫਰਮਾਏ ਆਮੀਨ ਬੇਜਾਏ।